ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਕਿੱਦਾਂ ਸਾਰੇ ਵਧੀਆ? ਅਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਸਨੋਅ ਸਾਫ਼ ਕਰਨ ਦਾ ਕੈਨੇਡਾ ਦੇ ਵਿੱਚ ਕੰਮ ਕਿੱਦਾਂ ਦਾ ਹੁੰਦਾ ਹੈ, ਕਿਸ ਤਰ੍ਹਾਂ ਇੱਥੇ ਕੰਟਰੈਕਟਰਸ ਹੈ ਉਹ ਸਨੋਅ ਸਾਫ਼ ਕਰਦੇ ਹੈ, ਅਤੇ ਆਪਾਂ ਜਿੱਦਾਂ ਕਿ ਉਹਨਾਂ ਦੇ ਨਾਲ ਕਿੱਦਾਂ ਕੰਮ ਕਰ ਸਕਦੇ ਹਾਂ, ਅਤੇ ਕੀ ਕਰਨਾ ਪੈਂਦਾ ਹੈ, ਤਾਂ ਤੁਹਾਨੂੰ ਅੱਜ ਦਿਖਾਵਾਂਗੇ। ਰਾਤ ਦਾ ਸਮਾਂ ਹੋ ਚੁੱਕਿਆ ਹੈ, ਤੁਸੀਂ ਦੇਖ ਸਕਦੇ ਹਾਂ ਵੀ ਸਨੋਅ ਹੈ ਜਿਹੜੀ ਹਲਕੀ ਹਲਕੀ ਉਹ ਪੈ ਰਹੀ ਹੈ, ਅਤੇ ਮੇਰੇ ਪਿੱਛੇ ਵੀ ਤੁਸੀਂ ਦੇਖ ਸਕਦੇ ਹਾਂ। ਪਹਿਲਾਂ ਹੁਣ ਮੈਨੂੰ ਆਹ ਸਾਫ਼ ਕਰਨੀ ਪੈਣੀ, ਫਿਰ ਉਸ ਤੋਂ ਬਾਅਦ ਆਪਾਂ ਨਿਕਲਦੇ ਹਾਂ। ਜਿਹਦੇ ਨਾਲ ਮੈਂ ਸਨੋਅ ਸਾਫ਼ ਕਰਨ ਜਾਣਾ ਹੈ ਉਹ ਬਾਈ ਆ ਰਿਹਾ ਹੈ, ਅਤੇ ਮੈਨੂੰ ਪਿਕਅਪ ਕਰੂਗਾ, ਫਿਰ ਆਪਾਂ ਅਸੀਂ ਅਲੱਗ ਅਲੱਗ ਜਗ੍ਹਾ 'ਤੇ ਜਾ ਕੇ ਸਨੋਅ ਸਾਫ਼ ਕਰਨੀ ਹੈ, ਅਤੇ ਤੁਹਾਨੂੰ ਮੈਂ ਦਿਖਾਉਣਾ ਜੀ, ਜੁੜੇ ਰਹੋ ਵੀਡੀਓ ਦੇ ਨਾਲ। ਅਤੇ ਜਿਹੜੀ ਅੱਜ ਸਨੋਅ ਪਈ ਹੈ ਉਹ ਕੋਈ ਬਹੁਤੀ ਜ਼ਿਆਦਾ ਸਨੋਅ ਨਹੀਂ ਹੈਗੀ, ਅੱਜ ਤਾਂ ਬਸ ਉਹੀ 3-4 ਸੈਂਟੀਮੀਟਰ ਸਨੋਅ ਹੀ ਹੈ ਬਸ, ਅਤੇ ਇੱਥੇ ਤਾਂ ਪਹਿਲਾਂ ਅਸੀਂ ਸਾਫ਼ ਕਰੀ ਤਾਂ ਇੱਥੇ ਘੱਟ ਲੱਗ ਰਹੀ ਹੈ, ਬਾਕੀ ਹਵਾ ਚੱਲ ਰਹੀ ਥੋੜ੍ਹੀ ਬਹੁਤੀ, ਅਤੇ ਉਹਦੇ ਨਾਲ ਇੱਧਰ ਉੱਧਰ ਜਾਈ ਜਾਂਦੀ ਹੈ। ਇਹ ਪਹਿਲਾਂ ਨਹੀਂ ਸਨੋਅ ਪਈ ਹੋਈ ਹੈ ਤਾਂ ਕਰਕੇ ਭਰਿਆ ਪਿਆ ਇੱਥੇ ਸਾਰਾ ਪਾਰਕ, ਆਉਂਦਾ ਆਪਾਂ ਇਹਨਾਂ ਨੂੰ ਹੌਲੀ ਸਨੋਅ ਐਂ ਸਾਫ਼ ਕਰ ਦਿੰਦੇ ਹਾਂ, ਨਹੀਂ ਫਿਰ ਇਹ ਜੰਮ ਜਾਂਦੀ ਹੁੰਦੀ ਹੈ ਅਤੇ ਫਿਰ ਬਾਅਦ 'ਚ ਸਾਫ਼ ਕਰਨ ਇਹਨੂੰ ਟਾਈਮ ਜ਼ਿਆਦਾ ਲੱਗ ਜਾਂਦਾ। ਉਹ ਪਿਆ ਕੱਲ੍ਹ ਇੱਥੇ ਰੱਖਦਾ ਤਾ ਚੱਕ ਗਿਆ, ਇਹ ਸ਼ਾਵਲ ਹੁੰਦਾ ਜੀ, ਅਤੇ ਜਿਹੜਾ ਆਪਾਂ ਨੇ ਕੰਟਰੈਕਟਰ ਦੇ ਨਾਲ ਜਾਣਾ ਹੈ, ਆਪਾਂ ਨੇ ਸ਼ਾਵਲ ਨਾਲ ਸਾਫ਼ ਕਰਨੀ ਸਨੋਅ, ਅਤੇ ਇੱਕ ਮਸ਼ੀਨ ਜੀ ਹੋਊਗੀ ਸਨੋਅ ਬਲੋਅਰ ਕਹਿ ਦਿੰਦੇ ਹਾਂ ਜਿਹਨੂੰ, ਬਾ ਉਹਦੇ ਨਾਲ ਸਾਫ਼ ਕਰਨੀ, ਦੋ ਚੀਜ਼ਾਂ ਆਪਾਂ ਨੇ ਯੂਜ਼ ਕਰਨੀਆਂ ਉੱਥੇ, ਅਤੇ ਬਾਕੀ ਤੁਸੀਂ ਦੇਖ ਹੀ ਲੈਣਾ ਹੁਣ ਥੋੜ੍ਹੀ ਦੇਰ ਤੱਕ, ਮੈਂ ਇੰਨੇ ਆਹ ਕਲੀਨ ਕਰ ਦਵਾਂ। ਮੈਂ ਤਾਂ ਹੁਣ ਇਹ ਸਾਫ਼ ਕਰਨ ਲੱਗਿਆ ਸੀ ਪਰ ਬਾਈ ਆ ਰਿਹਾ ਤਾਂ ਕਰਕੇ ਹੁਣ ਆਪਾਂ ਇਹਨੂੰ ਬਾਅਦ 'ਚ ਆ ਕੇ ਸਾਫ਼ ਕਰ ਲਾਂਗੇ, ਨਹੀਂ ਫਿਰ ਬਿਰਾਂ ਹੀ ਸਾਫ਼ ਕਰ ਲੈਣਗੇ, ਅਤੇ ਆਪਾਂ ਹੁਣ ਚੱਲਦੇ ਹਾਂ ਜੀ। ਤੁਸੀਂ ਦੇਖ ਸਕਦੇ ਹਾਂ ਇੰਨੀ ਜ਼ਿਆਦਾ ਨਹੀਂ ਸਨੋਅ ਪਈ ਕਹਿ ਰਹੇ ਨਾ ਆਪਾਂ, ਕਿਉਂਕਿ ਪਹਿਲਾਂ ਪੈ ਲਈ ਅਤੇ ਬਾਈ ਆ ਗਿਆ ਆ ਲੈ ਕੋਈ। ਅਤੇ ਹੁਣ ਆਪਾਂ ਕੰਟਰੈਕਟਰ ਦੇ ਨਾਲ ਪਹਿਲੀ ਸਾਈਡ 'ਤੇ ਪਹੁੰਚ ਚੁੱਕੇ ਹਾਂ ਜੀ, ਅਤੇ ਇੱਥੇ ਆਪਾਂ ਨੇ ਬਿਲਡਿੰਗ ਦੇ ਆਲੇ ਦੁਆਲੇ ਵਾਲੇ ਸਾਰੇ ਵਾਕਵੇ ਆ ਉਹ ਸਾਫ਼ ਕਰਨੇ ਹੈ। ਤੁਸੀਂ ਦੇਖ ਸਕਦੇ ਹਾਂ ਬਲੋਅਰ ਦੇ ਨਾਲ ਆਪਾਂ ਇਹ ਸਾਫ਼ ਕਰ ਰਹੇ ਹਾਂ, ਅਤੇ ਦੇਖੋ ਜੀ ਐਨ ਚੰਗੀ ਤਰ੍ਹਾਂ ਕਲੀਅਰ ਹੋ ਰਹੀ ਹੈ ਸਨੋਅ, ਆਪਾਂ ਨੇ ਇੱਥੇ ਹੁਣ ਕਲੀਨਿੰਗ ਕਰਨੀ ਹੈ ਨਾ। ਹੁਣ ਇਹ ਚੀਜ਼ ਦੇਖੋ ਉਹਦੇ ਘੱਟ ਬਰਫ਼ ਹੈ ਇੱਥੇ ਜ਼ਿਆਦਾ, ਕਿਉਂ ਇੱਥੇ ਸੋਲਟ ਪਹਿਲਾਂ ਗਿਰਿਆ ਹੋਇਆ ਤਾ ਤਾਂ ਕਰਕੇ ਬਰਫ਼ ਪਹਿਲਾਂ ਹੀ ਖੁੱਲ੍ਹ ਗਈ, ਅਤੇ ਮਾੜੀ ਮੋਟੀ ਜਿਹੜੀ ਆਪਣੀ ਜੇ ਕਿਤੇ ਜ਼ਿਆਦਾ ਹੁੰਦੀ ਸਨੋਅ ਬਲੋਅਰ ਯੂਜ਼ ਕਰਨਾ ਤਾਂ ਹੁਣ ਉਹ ਪਿਆ, ਅਤੇ ਇੱਕ ਗੇਟ ਉੱਥੇ ਤਾਂ ਐਂਟਰੈਂਸ, ਅਤੇ ਇੱਕ ਇਹ ਐਂਟਰੈਂਸ ਇੱਥੇ ਸਾਫ਼ ਕਰਨੀ, ਠੀਕ ਹੈ? ਅਤੇ ਹੁਣ ਉਹਨੂੰ ਸਾਫ਼ ਕਰਦਾ ਜੀ, ਆਪਾਂ ਨੇ ਕਰਤਾ ਸਾਫ਼, ਅਤੇ ਹੁਣ ਆਪਾਂ ਚੱਲੀਏ, ਅਤੇ ਜਿਹੜੀ ਇਹ ਹੈ ਇਹ ਸਾਈਡ ਵਰਕ ਹੈ, ਇਹ ਹੋਰ ਕੰਟਰੈਕਟਰਸ ਨੇ ਕੰਟਰੈਕਟ ਲਿਆ ਹੋਇਆ ਹੈ, ਅਤੇ ਇਹ ਹੋਰ ਆਪਾਂਗੇ ਸਾਫ਼ ਕਰ। ਪਹਿਲਾਂ ਤਾਂ ਬਾਈ ਕਹਿੰਦੇ ਸੀਗੇ ਵੀ ਆਹ ਸਿੱਟਣਾ ਨਹੀਂ ਹੈਗਾ ਸੋਲਟ, ਪਰ ਕਹਿੰਦੇ ਚਲੋ ਥੋੜ੍ਹਾ ਥੋੜ੍ਹਾ ਜਿਹਾ ਸਿੱਟ ਦਿੰਦੇ ਆ, ਕਿਆ ਪਤਾ ਹੁੰਦਾ ਜੇ ਸਨੋਅ ਪਈ ਗਈ ਫਿਰ ਫਾਇਦਾ ਰਹੂਗਾ, ਤਾਂ ਹੁਣ ਇਹ ਸੋਲਟ ਆ ਜੀ ਖਾਲੀ ਜੀ ਹੈ, ਅੱਜ ਕਹਿੰਦਾ ਰੇਹ ਖਿਲਾਉਣੇ ਹੁੰਦੇ ਆ। ਹਲਕਾ ਹਲਕਾ ਜਿਹਾ ਸਿੱਟ ਦੇਣਾ, ਫਿਰ ਜਿਹੜੀ ਮਾੜੀ ਮੋਟੀ ਇਹ ਸਨੋਅ ਹੈਗੀ ਆ ਸਾਰੀ ਮੈਲਟ ਹੋ ਜਾਣੀ, ਅਤੇ ਫਿਰ ਕੰਮ ਸੈੱਟ ਹੋ। ਓਕੇ ਰੱਖੋ, ਤੇਲ ਕਹਿੰਦੇ ਟਿੱਕੇ ਦੇ ਵਿੱਚ ਫੈਕਟਰੀ ਦੇ ਆਏ ਆ ਜੀ। ਆ ਵਾਹ ਬਾਈ ਵਾਹ, ਕਿਆ ਬਾਤ ਹੈ, ਅੱਜ ਤਾਂ ਸਾਫ਼ ਹੈ ਪਹਿਲਾਂ ਹੀ, ਆਪਣਾ ਕੰਮ ਅੱਜ ਬਹੁਤ ਘੱਟ ਹੈ, ਆਲਰੇਡੀ ਸਾਫ਼ ਹੈ, ਜੇ ਸਨੋਅ ਹੁੰਦੀ ਫਿਰ ਮਾੜਾ ਜ਼ਿਆਦਾ ਟਾਈਮ ਲੱਗਦਾ, ਅਤੇ ਇੱਕ ਆਹ ਪੌੜੀਆਂ ਹੈ ਅਤੇ ਵਾਹ ਪੌੜੀਆਂ ਸਾਫ਼ ਕਰਨੀਆਂ ਬਾਈ ਟਰੱਕ ਨਾਲ ਆਹ ਏਰੀਆ ਸਾਫ਼ ਕਰੂ, ਅਤੇ ਮੈਂ ਤੁਹਾਨੂੰ ਦਿਖਾਉਣਾ ਜਾ ਬਾਈ ਇਹ ਸਾਫ਼ ਕਰੂਗਾ।
ਤੇ ਬਲੋਰ ਨਾਲ ਆਪਾਂ ਨੇ ਇਹ ਜਗ੍ਹਾ ਪਹਿਲੀ ਸਾਫ ਕਰਤੀ ਆ। ਇੱਥੇ ਕਾਫੀ ਜ਼ਿਆਦਾ ਸਾਰਾ ਸੀ, ਤੁਸੀਂ ਦੇਖ ਸਕਦੇ ਸਾਈਡਾਂ ਤੇ ਇੱਥੇ ਕਾਫੀ ਜ਼ਿਆਦਾ ਸੀ। ਬਲੋਰ ਨੇ ਮਿੱਟੀ ਦੀ ਥੱਪੇ ਤੇ ਬਸ ਲਾਸਟ 'ਚ ਆਪਾਂ ਨੇ ਦਿੱਤੀ ਫਿਨਿਸ਼ਿੰਗ। ਤੇ ਇੱਥੇ ਕਾਫੀ ਲੰਬੀ ਬਿਲਡਿੰਗ ਆ, ਇਹ ਹੁਣ ਇਹ ਕਰਤਾ ਥੋੜਾ ਬਹੁਤ ਸਾਲਟ ਹੁਣ ਇੱਥੇ ਪਾ ਦੇਣਾ ਤੇ ਆਪਾਂ ਅਗਲੇ ਸਟੈਪ ਵੱਲ ਵੱਧਦੇ। ਇਹ ਹੋ ਗਈ ਕੰਪਨੀ, ਵੇਖੋ ਜੀ ਇਹ ਸਨੋ ਇੱਥੇ ਕਲੀਨ ਹੋ ਗਈ। ਤੇ ਇੱਦਾਂ ਡੱਬੇ ਰੱਖੇ ਹੋਏ साफ कर चुके देखिए कि अपने अच्छे बर्फ साफ की। तो इस कॉन्ट्रैक्टर मैं सीधा ही मतलब मिलेगा तो मैं इन्हें कम देता से ये जी पे होंगी है वह भी काफ़ी वधिया होंगी है। मतलब बंद कैश से भी मिल जाता है, जो बंद ने सिन से करा वह भी कर सकता बंदा। तो मतलब पे स्टार्टिंग $18 तो होंगी है, तो बाकी थोड़े डिपेंड करता कम कि करते हैं, तो कम किहोजा है वह डिपेंड करता है। तो यह सीजनल कम है, जिदा हूँ तो विंटर चले गई ने तो हूँ अगे हूँ समर आ गई है, तो विंटर के जदों स्नो पैंदी है उदों उदों ये काम हुंदा है। फिर भी वधिया है, चलो जे बंदे कोल काम नहीं हुंदा तां फिर बंदा ये इदां दा काम करके सीजन के थोड़े बहुत पैसे कमा लैंदा। तो हुण समर आउण लगियां ने, तो जिहड़े ये स्नो वाला काम करते हैं यही समर के जिहड़े हो गए लैंडस्केपिंग का भी काम करते हैं बई ये। तो फिर आपां देखदे हां जे आपां नूं मौका मिले तो आपां इहनां नाल लैंडस्केपिंग का काम करूंगे, तो थोनों मैं उहदी वीडियो शेयर जरूर करूँगा जे मतलब मौका मिले करन दा। तो जी स्नो सी काफ़ी घट सी, तो इस तो बाद एक स्नो स्टॉर्म आया था उदे विच जी स्नो है साढ़े गोड्या गोड्या तो भी उत्ते उत्ते मतलब, तो उदन साढ़े बलोर भी खराब हो गए, तो उदन काफ़ी समा लगे साफ करने नूं। तो इदा है भी कदे कदे घट भी होंगी है स्नो, कदे वध भी होंगी है, ये चलो चलता रहता है। तो हूँ किदां दी लगी है वीडियो कमेंट करके जरूर दस्यो, जे थोनू वीडियो वधिया लगी तो चैनल सबसक्राइब कर लिया। तो मिलते हैं जी किसी होर वीडियो के, वीडियो देखने लई थोड़ा बहुत बहुत धन्यवाद जी।